ਜੀ ਮੈਂ ਜਮੀ ਬਰਾੜ, ਤੁਸੀਂ ਦੇਖ ਰਹੇ ਜਸ ਟੀਵੀ ਤੇ ਆਪਾਂ ਪੇਸ਼ਾਂ ਹਰ ਮੰਗਲਵਾਰ ਦੀ ਤਰ੍ਹਾਂ ਲਾਈਵ ਲੈ ਕੇ ਜੋ ਇੰਡੀਅਨ ਐਪ ਉਸ ਤੋਂ ਹਰ ਟਿਊਜ਼ਡੇ ਕਰਦੇ ਹਾਂ ਆਪਾਂ। ਨਿੱਘਾ ਸਵਾਗਤ ਹੈ ਸਾਰੇ ਦਰਸ਼ਕਾਂ ਦਾ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਗੱਲਬਾਤ ਕਰਾਂਗੇ ਉਹੀ ਕਮਿਊਨਿਟੀ ਕਨੈਕਟ ਦੀ ਕਿ ਕਮਿਊਨਿਟੀ ਦੇ ਵਿੱਚ ਜੋ ਕੁਛ ਵਿਚ ਰਿਹਾ ਜਾਂ ਜੋ ਆਪਾਂ ਨੂੰ ਦੇਖਣ ਨੂੰ ਮਿਲਦਾ ਵੀਕਐਂਡ 'ਤੇ, ਆਪਾਂ ਉਹਦੇ ਬੇਸ 'ਤੇ ਗੱਲ ਕਰਾਂਗੇ। ਔਰ ਦੂਜੀਆਂ ਕਈ ਗੱਲਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਵਿਚਰ ਨੂੰ ਆਪਾਂ ਰੋਜ਼ ਵਿਚਰਦੇ ਹਾਂ, ਉਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਜਾਂ ਸੁਣਨ ਨੂੰ ਮਿਲਦੀਆਂ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ, ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਤੁਸੀਂ ਮਿਸ ਕਰ ਸਕੋ। ਜੇ ਮਿਸ ਹੋ ਗਈ ਤਾਂ ਉਹ ਦੂਸਰੇ ਦਿਨ ਫਿਰ ਆ ਜਾਂਦੀ, ਬਾਰ ਬਾਰ ਆਈ ਜਾਂਦੀ ਆ। ਇਹ ਸੋਸ਼ਲ ਮੀਡੀਆ ਇੱਕ ਪਾਸੇ ਤੋਂ ਤਾਂ ਬਹੁਤ ਵਧੀਆ ਹੈ, ਲੇਕਿਨ ਕਿਤੇ ਨਾ ਕਿਤੇ ਇਹਦਾ ਜਿਹੜਾ ਇਫੈਕਟ ਹੈ ਉਹ ਮਾੜਾ ਵੀ ਹੈ। ਉਹ ਕਿਤੇ ਨਾ ਕਿਤੇ ਜਾ ਕੇ ਜੇ ਕਈ ਲੋਕ ਜਿਹੜੇ ਗਲਤ ਚੀਜ਼ਾਂ ਜਾਂ ਗਲਤ ਫਾਇਦਾ ਜਾਂ ਗਲਤ ਅਫਵਾਹਾਂ ਵੀ ਫੈਲਾ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ, ਇਹਨਾਂ ਚੀਜ਼ਾਂ ਕਰਕੇ ਕਿਹੜਾ ਜਿਹੜਾ ਸੋਸ਼ਲ ਮੀਡੀਆ ਹੈ ਉਹ ਕਦੀ ਕਦੀ ਤਾਂ ਫਾਇਦੇਮੰਦ ਹੁੰਦਾ ਹੈ, ਲੇਕਿਨ ਜ਼ਿਆਦਾਤਰ ਇਹਦਾ ਫਾਇਦਾ ਨਹੀਂ ਨੁਕਸਾਨ ਹੀ ਹੁੰਦਾ, ਕਿਉਂਕਿ ਇਸ ਨੂੰ ਵਰਤਣਾ ਬਹੁਤ ਆਸਾਨ ਹੈ ਔਰ ਜਿਹੜੀਆਂ ਗਲਤ ਅਫਵਾਹਾਂ ਫੈਲਾਉਣੀਆਂ ਉਹ ਵੀ ਬਹੁਤ ਆਸਾਨ ਨੇ। ਇਸ ਕਰਕੇ ਆਪਾਂ ਸੋਸ਼ਲ ਮੀਡੀਆ ਜ਼ਰੂਰ ਦੇਖੋ, ਇੱਕ ਪਾਰਟ ਹੈ ਲਾਈਫ ਦਾ, ਲੇਕਿਨ ਉਹਦੀ ਸੱਚਾਈ ਜ਼ਰੂਰ ਜਾਣ ਲਿਆ ਕਰੋ ਕਿ ਇਹਦੇ ਵਿੱਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ। ਅਤੇ ਜਿਹੜਾ ਆਉਣ ਵਾਲਾ ਸਮਾਂ ਹੈ, ਜਿਸ ਤਰ੍ਹਾਂ ਸਾਰਿਆਂ ਨੂੰ ਤਕਰੀਬਨ ਨਿਊਜ਼ ਦੇ ਵਿੱਚ ਹਰ ਕੋਈ ਪੜ੍ਹ ਰਿਹਾ ਹੈ, ਲੇਕਿਨ ਕੱਲ੍ਹ ਹੀ ਜਿਹੜੀ ਨਿਊਜ਼ ਆਈ ਹੈ ਕਿ ਜੋ ਕੈਨੇਡਾ ਦਾ ਅਤੇ ਅਮੈਰੀਕਾ ਦਾ ਬਾਰਡਰ ਹੈ ਉਹ ਸ਼ਾਇਦ ਖੋਲ੍ਹਣਾ ਸੀ, ਲੇਕਿਨ ਟਰੂਡੋ ਸਾਹਿਬ ਮੈਨੂੰ ਲੱਗਦਾ ਕਿ ਥੋੜ੍ਹਾ ਹਾਲੇ ਹੱਥ ਪਿੱਛੇ ਖਿੱਚ ਰਹੇ ਨੇ ਕਿ ਕੈਨੇਡਾ ਦਾ ਬਾਰਡਰ ਹੈ ਜੋ ਨਾ ਖੋਲ੍ਹਿਆ ਜਾਵੇ। ਬਾਕੀ ਦੇਖੋ ਸਰਕਾਰਾਂ ਦੇ ਉੱਤੇ ਸਾਰਾ ਕੁਛ ਹੈ, ਕਿਉਂਕਿ ਜੇ ਇੱਥੇ ਦੀਆਂ ਸਰਕਾਰਾਂ ਜਿਹੜੀਆਂ ਨੇ ਇਹ ਜਿਹੜੇ ਅਮੈਰੀਕਨ ਕੈਨੇਡੀਅਨ ਇਹਨਾਂ ਕੰਟਰੀਆਂ ਦੇ ਸਿਟੀਜ਼ਨ ਨੇ ਉਹਨਾਂ ਨੂੰ ਪਹਿਲੋਂ ਪਹਿਲ ਦਿੰਦੇ ਨੇ ਅਤੇ ਉਹਨਾਂ ਦੀ ਸੇਫਟੀ ਪਹਿਲੋਂ ਰੱਖਦੇ ਨੇ। ਇਹ ਇੰਡੀਆ ਨਹੀਂ ਕਿ ਸੇਫਟੀ ਦੀ ਕੋਈ ਗੱਲ ਨਹੀਂ ਵੀ ਥਾਲੀ ਵਜਾਓ ਅਤੇ ਕਰੋਨਾ ਚਲੇ ਜਾਊ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜੇ ਟਰੂਡੋ ਸਾਹਿਬ ਕਹਿ ਰਹੇ ਆ ਕਿ ਜਿਹੜੀ ਸੇਫਟੀ ਜ਼ਰੂਰੀ ਆ ਉਹ ਕਿਸੇ ਨਾ ਕਿਸੇ ਸਹੀ ਤਰੀਕੇ ਤੋਂ ਹੀ ਜ਼ਰੂਰ ਕਹਿ ਰਹੇ ਹੋਣਗੇ ਕਿ ਸੇਫਟੀ ਜ਼ਰੂਰੀ ਆ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਸੇਫਟੀ ਹੈ ਉਹਨੂੰ ਪਹਿਲ ਦਿੱਤੀ ਜਾਂਦੀ ਹੈ, ਉਹ ਸਾਰਿਆਂ ਨੂੰ ਪਤਾ ਹੈ। ਆਪਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈ ਉਹ ਤਾਂ ਲੈ ਕੇ ਆਉਂਦੇ ਤਾਂ ਕਿ ਇੱਥੇ ਕਈ ਵਿਵਾਦ ਫੈਲਾਏ ਹੋਏ ਨੇ ਕਿ ਕਈ ਲੋਕਾਂ ਨੂੰ ਸੁਸਕਿਉਰਿਟੀ ਕਰਕੇ ਜਾਂ IRS ਕਰਕੇ ਕਈ ਜਾਂ ਹੋਰ ਟੈਲੀਫੋਨ ਕਰਕੇ ਕਿ ਜਿਹੜੇ ਬਾਹਰ ਕਈ ਲੋਕ ਸ਼ੈਤਾਨ ਲੋਕ ਬੈਠੇ ਨੇ, ਕਈ ਸਿੱਧੇ ਲੋਕ ਹੁੰਦੇ ਨੇ ਇੱਥੇ ਜਿਹੜੇ ਵਿਚਾਰੇ ਡਰ ਕੇ ਪੈਸੇ ਦਿੰਦੇ ਨੇ ਕਾਫੀ ਲੋਕਾਂ ਨੂੰ ਜਿਹੜੀਆਂ ਠੱਗੀਆਂ ਲੱਗੀਆਂ ਪਿਛਲੇ ਸਮੇਂ ਦੇ ਵਿੱਚ, ਤਾਂ ਕਿ ਉੱਦਾਂ ਦੀਆਂ ਗੱਲਾਂ ਨਾ ਹੋ ਸਕਣ। ਅਤੇ ਲੇਕਿਨ ਫਿਰ ਵੀ ਜੇ ਤੁਹਾਡੇ ਕੋਲ ਕੋਈ ਐਸੀ ਘਟਨਾ ਹੈ ਜਾਂ ਤੁਸੀਂ ਉਹ ਸਾਨੂੰ ਦੱਸਣਾ ਚਾਹੁੰਦੇ ਹੋ ਜਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਜਾਂ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਫਰੈਂਡ ਦੇ ਨਾਲ ਐਸੀ ਘਟਨਾ ਵਰਤੀ ਹੋਵੇ, ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ ਹੇਠ ਲਿਖੇ ਨੰਬਰਾਂ 'ਤੇ ਜਾਂ ਈਮੇਲ ਆਪਾਂ ਬੋਲਦੇ ਹਾਂ brad@jusbroadcasting.com ਜਾਂ info@jusbroadcasting.com। ਤੁਸੀਂ ਸਾਨੂੰ ਇੱਥੇ ਈਮੇਲ ਵੀ ਭੇਜ ਸਕਦੇ ਹੋ ਜਾਂ ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਉਹ 'ਤੇ ਲਾਈਵ ਸ਼ੋਅ ਦਾ ਹਿੱਸਾ ਵੀ ਬਣ ਸਕਦੇ ਹੋ ਕਿ ਤੁਸੀਂ ਕੋਈ ਐਸੀ ਗੱਲ ਜਿਹੜੀ ਸਾਡੇ ਮੰਚ ਰਾਹੀਂ ਪਬਲਿਕ ਤੱਕ ਪਹੁੰਚਾਉਣੀ ਚਾਹੁੰਦੇ ਹੋ ਜਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਜਾਂ ਹਰ ਇੱਕ ਨੂੰ ਇਹ ਬਿਮਾਰੀ ਦਾ ਵੀ ਹੈ ਕਿ ਤੁਹਾਨੂੰ ਕੋਈ ਐਸਾ ਇਲਾਜ ਲੱਭ ਗਿਆ ਕਿ ਜੋ ਪੁਰਾਣੇ ਬਜ਼ੁਰਗ ਸਨ ਉਹਨਾਂ ਕੋਲ ਕਾਫੀ ਨੇ, ਉਹ ਕੋਈ ਦੱਸਣਾ ਚਾਹੁੰਦਾ ਹੈ, ਕੋਈ ਸ਼ੂਗਰ ਦਾ ਮਰੀਜ਼, ਕੋਈ ਹਾਰਟ ਪ੍ਰੋਬਲਮ ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਬਹੁਤ ਜਿਹੜੀਆਂ ਆਯੁਰਵੈਦਿਕ ਚੀਜ਼ਾਂ ਜਾਂ ਸਧਾਰਨ ਪੇਂਡੂ ਚੀਜ਼ਾਂ ਜਿਹਨਾਂ ਨੂੰ ਪੇਂਡੂ ਨੁਸਖੇ ਆਪਾਂ ਕਹਿ ਲੈਂਦੇ ਉਹ ਕੰਮ ਕਰ ਜਾਂਦੇ ਨੇ। ਕਈ ਚੀਜ਼ਾਂ ਐਸੀਆਂ ਨੇ ਕਿ ਜਿਹੜੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਉਹ ਉਹਨਾਂ ਦਾ ਕਿੰਨਾ ਕੁ ਫਾਇਦਾ ਹੈ, ਜਿੱਦਾਂ ਲੌਂਗ ਇਲਾਇਚੀ ਹੋ ਗਈ, ਹਲਦੀ ਹੋ ਗਈ, ਕਈ ਚੀਜ਼ਾਂ ਐਸੀਆਂ ਨੇ ਜਿਹਨਾਂ ਨੂੰ ਤੁਸੀਂ ਲਓ ਡੇਲੀ ਬੇਸ 'ਤੇ ਲਓ ਅਤੇ ਬਹੁਤ ਜ਼ਿਆਦਾ ਸਾਰ ਬਿਮਾਰੀਆਂ ਜਿਹੜੀਆਂ ਤੁਹਾਡੀਆਂ ਹਟ ਜਾਂਦੀਆਂ। ਅਤੇ ਜ਼ਿਆਦਾਤਰ ਜਿਹੜੀ ਸਭ ਤੋਂ ਵੱਡੀ ਬਿਮਾਰੀ ਮੈਨੂੰ ਦੇਖਣ 'ਚ ਆਈ ਆ ਉਹ ਹੈ ਸਾਡਾ ਵਹਿਮ ਅਤੇ ਸਾਡੀ ਜਿਹੜੀ ਸੋਚ। ਜੇ ਸਾਡੀ ਸੋਚ ਗਲਤ ਹੈ ਤਾਂ ਸਾਨੂੰ ਬਿਮਾਰੀਆਂ ਹੋਰ ਜਿਹੜਾ ਆਲਾ ਦੁਆਲਾ ਸਾਡਾ ਜੀਵਨ ਔਖਾ ਹੋ ਜਾਏਗਾ, ਫਿਰ ਸਾਡਾ ਜਿਹੜਾ ਡੇਲੀ ਜੀਵਨ ਹੈ ਉਹ ਹੋਰ ਵੀ ਔਖਾ ਹੋ ਜਾਏਗਾ ਜੇ ਤੁਹਾਡੀ ਸੋਚ ਗਲਤ ਆ। ਜੇ ਤੁਹਾਡੀ ਸੋਚ ਸਹੀ ਆ ਤਾਂ ਤੁਹਾਨੂੰ ਬਿਮਾਰੀਆਂ ਵੀ ਘੱਟ ਲੱਗਣਗੀਆਂ ਔਰ ਤੁਹਾਡਾ ਜਿਹੜਾ ਸਮਾਂ ਆ ਜੋ ਜੀਵਨ ਤੁਸੀਂ ਰੋਜ਼ ਡੇਲੀ ਬਤੀਤ ਕਰਦੇ ਹੋ ਉਹ ਤੁਹਾਨੂੰ ਬਹੁਤ ਸੌਖਾ ਲੱਗੇਗਾ। ਜ਼ਿੰਦਗੀ ਜਿਹੜੀ ਆ ਉਹ ਬਹੁਤ ਹੀ ਵਧੀਆ ਲੱਗਣ ਲੱਗ ਜਾਵੇਗੀ। ਜ਼ਿੰਦਗੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਕਿਸੇ ਨੇ ਪੁੱਛਿਆ ਕਿ ਮੈਂ ਜ਼ਿੰਦਗੀ ਲੰਬੀ ਕਰਨੀ ਹੈ ਅਤੇ ਉਹਨੇ ਕਿਹਾ ਕਿ ਤੂੰ ਵਿਆਹ ਕਰਾ ਲਿਆ। ਉਹ ਕਹਿੰਦਾ ਕਿਉਂ? ਕਹਿੰਦਾ ਜਿਹੜੀ ਦੋਨੇ ਚੀਜ਼ਾਂ ਮੁੱਕ ਜਾਣਗੀਆਂ, ਜ਼ਿੰਦਗੀ ਲੰਬੀ ਕਰਨ ਦੀ ਜਿਹੜੀ ਆ ਆਸ ਮੁੱਕ ਜੂਗੀ ਔਰ ਜਿਹੜੀ ਜ਼ਿੰਦਗੀ ਬਚੀ ਆ ਉਹ ਬਹੁਤ ਔਖੀ ਲੱਗਣ ਲੱਗ ਜੂਗੀ। ਉਹ ਗੱਲ ਆ ਵੀ ਇਹ ਮੰਨਣ ਦੀ ਗੱਲ ਹੈ ਕਿ ਵਿਆਹ ਕਰਾ ਲਾ ਜ਼ਿੰਦਗੀ ਇੱਦਾਂ ਹੋ ਜੂਗੀ। ਇਹ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਨਾਲ ਇਹ ਇਫੈਕਟ ਜਿਹੜਾ ਵਿਆਹ ਦਾ ਹੈ ਉਹ ਹਰ ਇੱਕ ਨੂੰ ਇਸ ਤਰ੍ਹਾਂ ਪੈਂਦਾ। ਕਈਆਂ ਨੂੰ ਚੰਗਾ ਵੀ ਪੈਂਦਾ ਹੈ, ਕਈਆਂ ਨੂੰ ਮਾੜਾ ਵੀ ਪੈਂਦਾ ਹੈ। ਕਈਆਂ ਨੇ ਵਿਆਹ ਕਰਾ ਕੇ ਬਹੁਤ ਖੁਸ਼ ਨੇ ਅਤੇ ਕਈਆਂ ਨੇ ਵਿਆਹ ਜਿੰਨਾ ਦੁੱਖ ਵੀ ਕਦੀ ਨਹੀਂ ਪਾਇਆ। ਇਹ ਇੱਕ ਲਾਈਫ ਪਾਰਟਨਰ ਹੈ, ਲਾਈਫ ਪਾਰਟਨਰ ਤੁਹਾਡਾ ਵਧੀਆ ਹੋਵੇ ਤਾਂ ਤੁਹਾਡੀ ਲਾਈਫ ਜਿਹੜੀ ਆ ਬੜੀ ਹੀ ਸੁਖਾਲੀ ਅਤੇ
ਬੜੀ ਹੀ ਰੰਗੀਨ ਬਣ ਜਾਂਦੀ ਹੈ। ਜੇ ਉਹ ਮਾੜਾ ਹੋ ਜਾਏ ਤੇ ਫਿਰ ਉਹਦੇ ਨਾਲ ਦਾ ਦੁੱਖ ਕੋਈ ਨਹੀਂ, ਇਹ ਸਿਆਣੇ ਕਹਿ ਗਿਆ। ਲੇਕਿਨ ਇਹ ਦੇਖਣ ਨੂੰ ਵੀ ਮਿਲਿਆ ਹੈ, ਜੇ ਸਿਆਣੇ ਕਹਿ ਕੇ ਗਏ ਉੱਦਾਂ ਨਹੀਂ ਕਹਿ ਕੇ ਗਏ, ਬਹੁਤ ਗੱਲਾਂ ਨੇ ਸਿਆਣੇ ਦੀਆਂ ਜਿਹੜੀਆਂ ਜੇ ਤੁਸੀਂ ਵਿਚਾਰੋ ਉਹਨਾਂ ਨੂੰ ਥੋੜ੍ਹਾ ਜਿਹਾ ਅਸਰ ਕਰੋ। ਜਿਹੜੀਆਂ ਕਈ ਭਗਤਾਂ ਨੇ ਵੀ ਇਹ ਗੱਲਾਂ ਕਹੀਆਂ, ਬਾਣੀ ਬਾਰੇ ਵੀ ਆਪਾਂ ਗੱਲ ਕਰੀਏ, ਜਿਹੜੀ ਭਗਤਾਂ ਦੀ ਬਾਣੀ ਹੈ ਉਹਨੂੰ ਤੁਸੀਂ ਪੜ੍ਹ ਕੇ ਦੇਖੋ। ਬਾਣੀ ਜੋ ਕਹਿੰਦੀ ਹੈ ਉਹ ਤਾਂ ਅਸੀਂ ਕਰਨਾ ਹੀ ਨਹੀਂ ਚਾਹੁੰਦੇ। ਬਾਣੀ ਕਹਿੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ, ਆਪਣੇ ਆਪ ਆਲਾ ਦੁਆਲਾ ਜੋ ਸਫਾਈ ਰੱਖੋ, ਉਹ ਆਪਣੇ ਜੀਵਨ ਨੂੰ ਸਫਲਾ ਬਣਾਓ ਔਰ ਜੀਵਨ ਨੂੰ ਸੱਚਾਈ 'ਤੇ ਚੱਲੋ ਔਰ ਬਾਕੀਆਂ ਨੂੰ ਵੀ ਸੱਚਾਈ ਚੱਲਣ ਦਾ ਪ੍ਰੇਰਣ ਕਰੋ। ਲੇਕਿਨ ਅਸੀਂ ਉਹ ਕਰਦੇ ਨਹੀਂ। ਅਸੀਂ ਸੁਬਾਹ ਉੱਠ ਕੇ, ਕੋਈ ਕਹਾਣੀ ਹੈ ਕਿ ਅਸੀਂ ਝੂਠ ਜਿਹੜਾ ਹੈ ਝੂਠ ਦਾ ਪੱਲਾ ਫੜਨਾ ਹੈ ਔਰ ਝੂਠ ਹੀ ਬੋਲਣਾ ਹੈ। ਇਸ ਕਰਕੇ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਵੀ ਝੂਠਾ ਹੋ ਜਾਂਦੀ। ਅਸੀਂ ਇੱਕ ਝੂਠ ਬੋਲਿਆ ਹੁੰਦਾ, ਉਸ ਨੂੰ ਕਵਰ ਕਰਦੇ ਕਰਦੇ ਪਤਾ ਨਹੀਂ ਕਿੰਨੇ ਹੋਰ ਝੂਠ ਬੋਲ ਲੈਂਦੇ ਹਾਂ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਸੁਣਨ ਨੂੰ ਮਿਲੀਆਂ। ਜਿਸ ਤਰ੍ਹਾਂ ਪਿਛਲੇ ਵੀਕਐਂਡ 'ਤੇ ਆਪਾਂ ਵਿਸਕਾਂਸਨ ਗਏ, ਉੱਥੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲਿਆਂ ਦੀ ਉਹਨਾਂ ਨੇ ਬਰਸੀ ਮਨਾਈ। ਆ 2 ਸਾਲ ਤੋਂ ਬਾਅਦ ਸੀ ਕਿਉਂਕਿ ਕਰੋਨਾ ਕਰਕੇ ਮਹਾਂਮਾਰੀ ਕਰਕੇ ਨਹੀਂ ਮਨਾ ਸਕੇ 1 ਸਾਲ। ਫਿਰ ਉਹਨਾਂ ਨੇ ਆਹ ਸਾਲ ਬੜੇ ਹੀ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲਿਆ ਕਿ ਵਿਸਕਾਂਸਨ ਮਲਵਾਕੀ ਵਿੱਚ ਜਿਹੜੇ ਗੁਰੂ ਘਰ ਵਿੱਚ ਸ਼ੂਟਿੰਗ ਹੋਈ ਸੀ, ਉੱਥੇ ਬੜੇ ਹੀ ਵਧੀਆ ਬਾਹਰ ਡਿਸਟੈਂਸ ਸੋਸ਼ਲ ਡਿਸਟੈਂਸ ਨਾਲ ਵਿੱਚ ਰੱਖ ਕੇ ਜੋ ਵੀ ਸੇਫਟੀ ਹੈ ਉਹਨੂੰ ਨਾਲ ਲੈ ਕੇ ਉਹਨਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਮਨਾਈ, ਜਿੱਥੇ ਬੜੇ ਵੱਡੇ ਜਥੇਦਾਰ ਵੀ ਪਹੁੰਚੇ, ਕੀਰਤਨ ਹੋਏ। ਬਾਹਰ ਉਹਨਾਂ ਨੇ ਇੱਕ ਮੇਲੇ ਦੀ ਤਰ੍ਹਾਂ ਵੀ ਪ੍ਰੋਗਰਾਮ ਬਣਾਇਆ ਸੀ ਤਾਂ ਕਿ ਅੰਦਰ ਜ਼ਿਆਦਾ ਰਸ਼ ਨਾ ਹੋ ਜਾਵੇ, ਉਹ ਵੀ ਬੜਾ ਵਧੀਆ ਲੱਗਿਆ। ਇਹ ਜਿਹੜੀਆਂ ਛੋਟੀ ਛੋਟੀਆਂ ਚੀਜ਼ਾਂ ਨੇ, ਹੁਣ ਮੈਨੂੰ ਲੱਗਦਾ ਕਿ 4th July ਤੱਕ ਸਾਰਾ ਕੁਛ ਓਪਨ ਹੋ ਜਾਊਗਾ, ਕਿਉਂਕਿ ਵੈਸੇ ਤਾਂ ਕਾਫੀ ਕਾਉਂਟੀਆਂ ਦੇ ਵਿੱਚ ਪੂਰੀ ਅਮਰੀਕਾ ਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ। ਲੇਕਿਨ ਫਿਰ ਵੀ ਜੇ ਕੋਈ ਭੈਣ ਭਾਈ ਪਾਉਣਾ ਚਾਹੁੰਦਾ ਤਾਂ ਉਹਦੇ ਵਿੱਚ ਨੁਕਸਾਨ ਵੀ ਕੋਈ ਨਹੀਂ ਹੈ, ਤੁਹਾਡੀ ਆਪਣੀ ਸੇਫਟੀ ਹੈ, ਤੁਹਾਡੀ ਆਪਣੀ ਸੇਫਟੀ ਕਰਕੇ ਹੀ ਤੁਸੀਂ ਮਾਸਕ ਪਾਉਂਦੇ ਆ। ਉਹ ਸੇਫਟੀ ਦਾ ਮਤਲਬ ਇਹੀ ਹੁੰਦਾ ਕਿ ਆਪਣੇ ਆਪ ਨੂੰ ਸੇਫ ਰੱਖਣਾ। ਇਹ ਨਹੀਂ ਕਿ ਵਾਇਰਸ ਮੈਨੂੰ ਨਹੀਂ ਹੋ ਸਕਦਾ ਜਾਂ ਕਿਸੇ ਨੂੰ ਉਹਨੂੰ ਨਹੀਂ ਹੋ ਸਕਦਾ ਜਾਂ ਵੱਡੇ ਛੋਟੇ ਨੂੰ। ਵਾਇਰਸ ਇੱਕ ਪ੍ਰੋਬਲਮ ਦੀ ਤਰ੍ਹਾਂ ਹੈ, ਜਿਸ ਤਰ੍ਹਾਂ ਸਾਨੂੰ ਕੋਲਡ ਫਲੂ ਹੁੰਦਾ ਹੈ ਜਾਂ ਬੁਖਾਰ ਆ ਜਾਂਦਾ ਹੈ ਜਾਂ ਖਾਂਸੀ ਹੋਵੇ, ਉਹ ਕਿਸੇ ਨੂੰ ਵੀ ਹੋ ਸਕਦੀ। ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਸਿਰਫ ਬਿਮਾਰੀ ਤੋਂ ਸੁਰੱਖਿਅਤ ਰਹਿਣ ਦੀ ਲੋੜ ਆ। ਅਤੇ ਉਹ ਮਜ਼ਾਕ ਵਿੱਚ ਵੀ ਕਹਿੰਦੇ ਆ ਕਿ ਕਾਫੀ ਸੁਣਿਆ ਕਿ ਆਪਾਂ ਬਿਮਾਰੀ ਨਾਲ ਲੜਨਾ ਹੈ ਨਾ ਕਿ ਘਰ ਵਾਲੀ ਨਾਲ। ਅਤੇ ਉਹ ਗੱਲ ਬਿਲਕੁਲ ਸੱਚ ਆ, ਆਪਾਂ ਬਿਮਾਰੀ ਨਾਲ ਲੜਨਾ ਨਾ ਕਿ ਘਰ ਵਾਲੀ ਨਾਲ। ਘਰ ਵਾਲੀ ਨੂੰ ਸਮਝਾਉਣਾ ਅਤੇ ਬਿਮਾਰੀ ਤੋਂ ਸੁਰੱਖਿਅਤ ਰੱਖਣਾ, ਆਪਣੇ ਆਪ ਨੂੰ ਸੇਫ ਰੱਖਣਾ। ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਜੇ ਇਹਨਾਂ ਦਾ ਤੁਸੀਂ ਧਿਆਨ ਰੱਖੋਗੇ ਤਾਂ ਕਾਫੀ ਹੀ ਹੈਲਪਫੁਲ ਨੇ। ਔਰ ਮੈਂ ਇਸ ਗੱਲ 'ਤੇ ਜ਼ਰੂਰ ਜ਼ੋਰ ਦਿੰਦਾ ਹਰ ਵਾਰੀ ਕਿ ਤੁਸੀਂ ਆਪਣੇ ਆਲੇ ਦੁਆਲੇ ਨੂੰ ਔਰ ਆਪਣੇ ਭੈਣਾਂ ਭਾਈਆਂ ਨੂੰ ਯਾਰਾਂ ਦੋਸਤਾਂ ਨੂੰ ਜ਼ਰੂਰ ਦੇਖੋ ਕਿ ਉਹ ਕੀ ਕਰ ਰਹੇ ਨੇ। ਉਹਨਾਂ ਵਿੱਚੋਂ ਹੀ ਤੁਹਾਨੂੰ ਬਹੁਤ ਸਾਰੇ ਆਂਸਰ ਲੱਭਣਗੇ, ਬਹੁਤ ਜਵਾਬ ਲੱਭਣਗੇ ਕਿ ਅਸੀਂ ਪਰਿਵਾਰ ਦੇ ਨਾਲ ਜੋ ਆਪਦੇ ਨਾਲ ਬੰਦਾ ਨਹੀਂ ਸਹੀ ਵਰਤਦਾ ਉਹ ਤੁਹਾਡੇ ਨਾਲ ਕਦੀ ਵੀ ਸਹੀ ਨਹੀਂ ਵਰਤੂਗਾ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਆਪਣੇ ਫਰੈਂਡਸ ਬਣਾਉਂਦੇ ਆ ਜਾਂ ਤੁਹਾਡੇ ਬੱਚੇ ਉਹਨਾਂ ਦੇ ਫਰੈਂਡਸ ਬਣਾਉਂਦੇ ਆ ਜਾਂ ਤੁਹਾਡੇ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਵੀ ਇਹੀ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਵੱਧ ਤੋਂ ਵੱਧ ਸੱਚਾਈ ਵਾਲੇ ਰਸਤੇ 'ਤੇ ਚੱਲ ਸਕੀਏ, ਕਿਉਂਕਿ ਇੱਕ ਇਹੀ ਰਸਤਾ ਹੈ ਸੱਚਾਈ ਔਰ ਦੂਸਰਾ ਜਿਹੜਾ ਹੈ ਭਗਤੀ ਕਰਨੀ। ਭਗਤੀ ਮਤਲਬ ਤੁਸੀਂ ਜਿਹੜੇ ਵੀ ਭਗਵਾਨ ਨੂੰ ਮੰਨਦੇ ਹੋ ਉਹ ਜ਼ਰੂਰ ਯਾਦ ਵਿੱਚ ਰੱਖੋ ਕਿ ਤੁਸੀਂ ਇਨਸਾਨ ਹੋ। ਅਕਸਰ ਜੋ ਤੁਸੀਂ ਇੱਥੇ ਕਰ ਰਹੇ ਹੋ ਉਹ ਇਸੇ ਧਰਤੀ 'ਤੇ ਹੀ ਬੀਜ ਵੱਢ ਕੇ ਜਾਣਾ ਪਿਆ ਹੈ। ਜੋ ਤੁਸੀਂ ਕਿਸੇ ਨਾਲ ਕਿਸੇ ਨੂੰ ਦੁੱਖ ਦੇ ਰਹੇ ਹੋ ਉਹ ਐਸਾ ਦੁੱਖ ਤੁਹਾਨੂੰ ਵੀ ਮਿਲਣਾ ਹੈ। ਪੂਰੇ ਕਹਿੰਦੇ ਨਾ ਵੀ ਕਾਰਮਾ ਜਿਹੜਾ ਆਲਵੇਸ ਕਮ ਅਰਾਊਂਡ, ਇਹ ਤਾਂ ਹੀ ਆ। ਆਪਾਂ ਵੀ ਕਹਿ ਦਿੰਦੇ ਹਾਂ ਕਿ ਜੋ ਤੁਸੀਂ ਕੀਤਾ ਉਹ ਇੱਥੇ ਭੋਗਣਾ ਪੈਣਾ। ਜੇ ਤੁਸੀਂ ਕਿਸੇ ਦਾ ਅੱਜ ਦਿਲ ਦੁਖੀ ਕਰ ਰਹੇ ਹੋ, ਕੱਲ੍ਹ ਨੂੰ ਤੁਹਾਡਾ ਵੀ ਉਸੇ ਤਰ੍ਹਾਂ ਹੀ, ਤੁਹਾਡੇ ਬੱਚੇ ਜਾਂ ਕੋਈ ਤੁਹਾਡਾ ਆਂਢੀ ਗੁਆਂਢੀ ਜਾਂ ਪਰਮਾਤਮਾ ਕੋਈ ਐਸੀ ਵਹਿਦ ਬਣਾਊਗਾ ਕਿ ਤੁਹਾਨੂੰ ਉਹ ਚੀਜ਼ ਜਿਹੜੀ ਤੁਸੀਂ ਕਿਸੇ ਨਾਲ ਕੀਤੀ ਉਹਨੂੰ ਜਿਸ ਤਰ੍ਹਾਂ ਦਾ ਕਿਸੇ ਨੂੰ ਦੁੱਖ ਦਿੱਤਾ ਉਹ ਦੁੱਖ ਤੁਹਾਨੂੰ ਇੱਥੇ ਹੀ ਭੋਗਣਾ ਪਊਗਾ। ਇਸੇ ਧਰਤੀ ਦੇ ਉੱਤੇ ਜੀਂਦੇ ਜੀ ਇੱਥੇ ਹੀ ਜੋ ਨਰਕ ਸਵਰਗ ਹੈ ਉਹ ਪੁਰਾਣੀਆਂ ਗੱਲਾਂ ਸਨ ਜੋ ਡਰਾਇਆ ਜਾਂਦਾ ਸੀ ਕਿ ਉਹ ਫਲਾਣਾ ਨਰਕ ਨੂੰ ਜਾਊਗਾ, ਉਹ ਸਵਰਗ ਨੂੰ ਜਾਊਗਾ। ਅਤੇ ਇਹਨਾਂ ਗੱਲਾਂ ਨੂੰ ਜੇ ਤੁਸੀਂ ਸੋਚੋਗੇ ਕੋਈ ਸਵਰਗ ਨਰਕ ਕਿਤੇ ਉੱਪਰ ਨਹੀਂ ਬਣਿਆ, ਸਾਰਾ ਕੁਛ ਇਨਸਾਨ ਕੋਲ ਇੱਥੇ ਹੀ ਹੈ। ਜੋ ਚੰਗੇ ਕਰਮ ਕਰੋਗੇ ਇੱਥੇ ਹੀ ਤੁਸੀਂ ਆਪਣੇ ਬੁਢਾਪੇ ਵਿੱਚ ਉਹਨੂੰ ਭੋਗੋਗੇ, ਨਹੀਂ ਕਰੋਗੇ ਤਾਂ ਉਹ ਨਹੀਂ ਭੋਗੋਗੇ। ਸਾਰਾ ਕੁਛ ਇਸੇ ਧਰਤੀ ਦੇ ਉੱਤੇ ਇਸੇ ਤੁਹਾਡੇ ਜੀਦੇ ਜੀਦਿਆਂ 'ਚ ਤੁਸੀਂ ਇੱਥੇ ਹੀ ਦੇਖ ਕੇ ਜਾਣਾ। ਮੇਰਾ ਇਹ ਮੰਨਣਾ ਹਰ ਇੱਕ ਨੂੰ ਇਹ ਕਹਿਣਾ ਆ ਕਿ ਜੋ ਤੁਸੀਂ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਉਹਦਾ ਮਾੜਾ ਵੀ ਕਰਨ ਦਾ ਤੁਹਾਨੂੰ ਪਰਮਾਤਮਾ ਨੇ ਕੋਈ ਹੱਕ ਨਹੀਂ ਦਿੱਤਾ। ਅਤੇ ਬਾਕੀ ਗੱਲ ਇਹ ਆ ਕਿ ਜਿਹੜਾ ਇਨਸਾਨ ਹੈ ਉਹ ਕਦੀ ਕਿਸੇ ਦਾ ਚੰਗਾ ਨਹੀਂ ਕਰਦਾ। ਉਹਦੀ ਸੋਚ ਇੱਦਾਂ ਦੀ ਹੈ, ਉਹਨੇ ਚੰਗਾ ਕਰਦਾ ਵੀ ਹੈ ਉਹਦੇ ਵਿੱਚ ਆਪਣਾ ਫਾਇਦਾ ਦੇਖਦਾ ਕਿ ਮੇਰਾ ਫਾਇਦਾ ਇਹਦੇ ਵਿੱਚ ਕੀ ਹੈ। ਕੋਈ ਵੀ ਇਨਸਾਨ ਜਿਹੜਾ ਵੀ ਹੋਵੇ ਉਹ ਜ਼ਰੂਰ ਇਹ ਸੋਚੇਗਾ ਕਿ ਮੇਰਾ ਫਾਇਦਾ, ਫਾਇਦਾ ਪਹਿਲਾਂ ਸੋਚਦਾ। ਜੇ ਨਹੀਂ ਸੋਚਦਾ ਉਹ ਸੋਚਦਾ ਮੈਨੂੰ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵਾਹਵਾ ਮਿਲੇਗੀ ਕਿ ਨਹੀਂ ਮਿਲੇਗੀ। ਔਰ ਜੇ ਨਹੀਂ ਕੁਛ ਵੀ ਹੁੰਦਾ ਉਹ ਇਨਸਾਨ ਉਹ ਕੰਮ ਨਹੀਂ ਕਰਦਾ। ਇਸੇ ਕਰਕੇ ਮੇਰਾ ਹਰ ਇੱਕ ਸੁਣਦੇ ਦਰਸ਼ਕ ਨੂੰ ਇਹ ਵੀ ਆ ਕਿ
ਤੁਸੀਂ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਐਸਾ ਬਲਬ ਨਾ ਹੈ ਜਾਂ ਤੁਸੀਂ ਪਬਲਿਕਲੀ ਉਹਨੂੰ ਓਪਨ ਕਰਕੇ ਟੀਵੀ ਦੱਸਣਾ ਚਾਹੁੰਦੇ ਹੋ ਸਾਡੇ ਚੈਨਲ ਰਾਹੀਂ, ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਆਹ ਮੇਰੇ ਮਨ ਦੇ ਵਿੱਚ ਹੈ, ਜਾਂ ਮੈਂ ਆਹ ਕਰਨਾ ਚਾਹੁੰਦਾ, ਜਾਂ ਮੈਂ ਕੀਤਾ ਸੀ, ਜਾਂ ਮੈਂ ਦੇਖਿਆ। ਜੀ ਬ੍ਰੇਕ ਤੋਂ ਬਾਅਦ ਫਿਰ ਨਿੱਘਾ ਸਵਾਗਤ ਹੈ ਸਾਰੇ ਸਰੋਤਿਆਂ ਦਾ, ਸਾਰੇ ਦਰਸ਼ਕਾਂ ਨੂੰ, ਜੀ ਆਇਆਂ ਨੂੰ। ਆਪਾਂ ਫਿਰ ਉਹੀ ਗੱਲਬਾਤ ਉੱਥੇ ਖੜੀ ਕਿ ਕੋਈ ਵੀ ਗੱਲਬਾਤ ਹੈ ਜੋ ਉਹ ਜਦੋਂ ਤੱਕ ਤੁਹਾਡੇ ਤੱਕ ਸੀਮਿਤ ਹੈ, ਉਹ ਉੱਥੇ ਹੀ ਸੀਮਿਤ ਰਹਿ ਜਾਵੇਗੀ ਜਦੋਂ ਤੱਕ ਹੁਣ ਜ਼ਮਾਨੇ ਦੇ ਨਾਲ, ਜਾਂ ਉਸ ਸੋਸ਼ਲ ਮੀਡੀਆ 'ਤੇ ਪਾਈ ਜਾਵੇ, ਜਾਂ ਜਸ ਟੀਵੀ ਦੇ ਥਰੂ, ਜਾਂ ਕਿਸੇ ਵੀ ਚੈਨਲ ਦੇ ਥਰੂ, ਉਹ ਪਬਲਿਕ ਦੇ ਵਿੱਚ ਜਦ ਤੱਕ ਨਹੀਂ ਆਉਂਦੀ, ਲੋਕਾਂ ਨੂੰ ਪਤਾ ਨਹੀਂ ਲੱਗਦਾ। ਲੇਕਿਨ ਤਾਂ ਵੈਸੇ ਤਾਂ ਜ਼ਮਾਨਾ ਜਿਹੜਾ ਚੱਲ ਰਿਹਾ, ਕੋਈ ਗੱਲ ਛੁਪੀ ਨਹੀਂ ਰਹਿੰਦੀ, ਉਹ ਬਹੁਤ ਹੀ ਜਲਦੀ ਮੀਡੀਆ 'ਤੇ ਪਾ ਦਿੱਤੀ ਜਾਂਦੀ, ਜਾਂ ਨਿਊਜ਼ ਦੇ ਵਿੱਚ ਆ ਜਾਂਦੀ, ਜਾਂ ਕੋਈ ਚੈਨਲ ਉਸ ਗੱਲ ਨੂੰ ਚੁੱਕ ਲੈਂਦਾ। ਲੇਕਿਨ ਫਿਰ ਵੀ ਕੋਈ ਐਸੀ ਗੱਲ ਹੋਵੇ ਜੋ ਕਿਸੇ ਨੂੰ ਪਤਾ ਹੋਵੇ, ਜ਼ਰੂਰ ਕੋਸ਼ਿਸ਼ ਕਰੇ ਕਿ ਇਸ ਚੈਨਲ ਰਾਹੀਂ ਜਾਂ ਹੋਰ ਕਿਸੇ ਚੈਨਲ ਰਾਹੀਂ ਜੋ ਵੀ ਉਹ ਸੁਝਾਅ ਕਰ ਸਕਦੇ ਹਾਂ, ਉਹ ਜ਼ਰੂਰ ਦਿੱਤਾ ਜਾਂਦਾ ਹੋਵੇ। ਬਾਕੀ ਗੱਲ ਕਰਾਂਗੇ ਕਮਿਊਨਿਟੀ ਦੀ, ਜੋ ਕਮਿਊਨਿਟੀ ਹੈ ਇੰਡੀਆਨਾ ਦੀ, ਉਹ ਬੜੀ ਹੀ ਵਧੀਆ ਕਮਿਊਨਿਟੀ ਹੈ ਇੱਥੇ ਦੀ, ਬਹੁਤ ਹੀ ਓਪਨ, ਪੰਜਾਬ ਵਰਗਾ ਮਾਹੌਲ ਹੈ, ਫਲੈਟ ਲੈਂਡ ਹੈ। ਔਰ ਕਾਫੀ ਸਮਾਂ ਪਹਿਲਾਂ ਜਦੋਂ ਇੱਥੇ ਸਿਰਫ ਇੱਕ ਗੁਰੂ ਘਰ ਹੁੰਦਾ ਸੀ, ਉਦੋਂ ਵੀ ਆਪਾਂ ਇੱਥੇ ਸੀ, ਬਹੁਤ ਛੋਟੀ ਕਮਿਊਨਿਟੀ ਸੀ, ਲੇਕਿਨ ਹੁਣ ਤਾਂ ਬਹੁਤ ਕਾਫੀ ਵੱਡੀ ਹੋ ਚੁੱਕੀ ਆ। ਕਾਫੀ ਸਟੇਟਾਂ ਤੋਂ ਲੋਕ ਇੱਥੇ ਮੂਵ ਹੋ ਚੁੱਕੇ ਨੇ, ਇਸੇ ਕਰਕੇ ਕਿ ਜਿਸ ਤਰ੍ਹਾਂ ਐਗਜ਼ਾਮਪਲ ਲਾਈਏ ਕਿ ਜੇ ਨਿਊਯਾਰਕ ਦੇ ਵਿੱਚ ਘਰ ਲੈਣਾ ਹੋਵੇ, ਜਿਹੜਾ ਇੱਥੇ ਲਿਆ ਜਾਂਦਾ 3-3.5 ਲੱਖ ਦਾ, ਉੱਥੇ ਉਹੀ ਘਰ ਜਿਹੜਾ 8-9 ਲੱਖ ਦਾ ਹੋਊਗਾ, ਮਿਲੀਅਨ ਦੇ ਨੇੜੇ ਹੋਊਗਾ, 3-3 ਗੁਣਾ ਪ੍ਰਾਈਸਾਂ ਜਿਹੜੀਆਂ ਵੱਧ ਨੇ। ਔਰ ਇਸੇ ਕਰਕੇ ਕਾਫੀ ਹੀ ਆਲੇ ਦੁਆਲੇ ਦੀਆਂ ਸਟੇਟਾਂ ਤੋਂ, ਨਿਊਯਾਰਕ, ਕੈਲੀਫੋਰਨੀਆ, ਸ਼ਿਕਾਗੋ ਤੋਂ ਵੀ ਕਾਫੀ ਜਿਹੜੇ ਲੋਕ ਇੱਥੇ ਮੂਵ ਹੋਏ ਨੇ। ਔਰ ਉਹਨਾਂ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਚੰਗੀਆਂ ਵੀ ਆਈਆਂ, ਉਹ ਮੈਂ ਹਮੇਸ਼ਾ ਕਹਿੰਦਾ ਨਾ ਕਿ ਇਕੱਲੀ ਜਿਹੜੀ ਚੰਗਿਆਈ ਆ ਉਹ ਨਹੀਂ ਆ ਸਕਦੀ, ਉਹਦੇ ਨਾਲ ਨਾਲ ਜਿਹੜੀ ਬੁਰਾਈ ਆ ਉਹ ਵੀ ਜ਼ਰੂਰ ਆਵੇਗੀ। ਜੇ ਪਬਲਿਕ ਵਧੀ ਆ ਅਤੇ ਉਹਦੇ ਨਾਲ ਨਾਲ ਦੇਖੋ, ਇੰਡੀਅਨ ਐਪਸ ਦੇ ਵਿੱਚ ਮੇਰੇ ਦੇਖਦਿਆਂ ਦੇਖਦਿਆਂ ਹੀ ਹੁਣ 7 ਗੁਰੂ ਘਰ ਨੇ। ਇੱਕ ਗੱਲੋਂ ਤਾਂ ਬਹੁਤ ਵਧੀਆ ਆ ਕਿ 7 ਗੁਰੂ ਘਰ ਨੇ, ਪਰ ਉਹ 7ਾਂ ਦੇ ਵਿੱਚ ਜਿਹੜੇ ਵਿਵਾਦ ਪੈਦਾ ਹੋਏ ਨੇ ਉਹ ਅਲੱਗ ਨੇ। ਉਹ ਉਹੀ ਬਾਣੀ ਆ, ਉਹੀ ਗੁਰੂ ਆ, ਉਹੀ ਆਦੇਸ਼ ਆ, ਲੇਕਿਨ ਉੱਥੇ ਅਲੱਗ ਅਲੱਗ ਜਿਹੜੀਆਂ ਗੱਲਾਂ ਉਹ ਅਲੱਗ ਅਲੱਗ ਹੋਣ ਲੱਗ ਪਈਆਂ। ਕੋਈ ਉਸ ਨੂੰ ਬਾਣੀ ਨੂੰ ਲੈ ਕੇ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਮੇਰਾ ਇਹ ਨਹੀਂ ਕਹਿਣ ਦਾ ਮਤਲਬ ਕਿ ਸਾਰੇ ਗੁਰੂ ਘਰ ਕਿਉਂ ਬਣੇ ਜਾਂ ਉਹ ਨਹੀਂ ਬਣਨੇ ਚਾਹੀਦੇ ਸੀ, ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਕੋਈ ਇੱਕ ਸਿਧਾਂਤ ਚਾਹੀਦਾ ਹੈ ਕਿ ਜੋ ਸਿੱਖੀ ਦਾ ਸਿਧਾਂਤ ਹੋਵੇ, ਆਪਾਂ ਉਸ ਦੇ ਬੇਸ 'ਤੇ ਚੱਲੀਏ, ਜੋ ਕਿ ਆਹਾ ਹੀ ਕਹਿਣਾ ਚਾਹੀਦਾ। ਇਹ ਨਹੀਂ ਕਿ ਕੋਈ ਕਹਿੰਦਾ ਕਿ ਅਰਦਾਸ ਇੱਦਾਂ ਕਰਨੀ ਚਾਹੀਦੀ ਆ, ਕੋਈ ਕਹਿੰਦਾ ਅਰਦਾਸ ਇੱਦਾਂ ਕਰਨੀ ਚਾਹੀਦੀ ਆ, ਕੋਈ ਕਹਿੰਦਾ ਜੀ ਦਸਮ ਗ੍ਰੰਥ ਨੂੰ ਮੰਨੋ, ਕੋਈ ਕਹਿੰਦਾ ਜੀ ਐਸ ਨੂੰ ਮੰਨੋ। ਇਹ ਮੇਰੇ ਹਿਸਾਬ ਦੇ ਨਾਲ ਤਾਂ ਇਹ ਚਾਹੀਦਾ ਕਿ ਹਰ ਇੱਕ ਬੰਦੇ ਨੂੰ ਆਜ਼ਾਦੀ ਚਾਹੀਦੀ ਆ, ਜਿਸ ਤਰ੍ਹਾਂ ਸਾਡੇ ਗੁਰੂ ਵੀ ਕਹੇ ਗਏ ਨੇ ਕਿ ਕੋਈ ਵੀ ਧਰਮ ਦਾ ਬੰਦਾ ਕਿਸੇ ਵੀ ਧਰਮ ਵਿੱਚ ਜਾਣਾ ਚਾਹੁੰਦਾ, ਜੇ ਉਹ ਸਿੱਖੀ 'ਚ ਵੀ ਆਉਣਾ ਚਾਹੁੰਦਾ, ਉਹ ਆਪਣੀ ਜਾਂਚ ਪੜਤਾਲ ਕਰੇ। ਔਰ ਬਾਕੀ ਜਿਹੜੇ ਆਲਰੇਡੀ ਗੁਰੂ ਦੇ ਸਿੱਖ ਬਣੇ ਹੋਏ ਨੇ, ਮੈਂ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ, ਜਾਂ ਉਹਨਾਂ ਨੂੰ ਕਿਸੇ ਵੀ ਪਰਮਾਤਮਾ ਨੇ ਜਾਂ ਕਿਸੇ ਵੀ ਦੁਨੀਆ ਦੀ ਪਾਵਰ ਨੇ ਕੋਈ ਰਾਈਟ ਨਹੀਂ ਦਿੱਤਾ ਕਿ ਉਹ ਡਿਕਟੇਟ ਕਰ ਸਕਣ ਕਿ ਦੂਸਰਾ ਬੰਦਾ ਕਿੱਦਾਂ ਦਾ ਹੋਣਾ ਚਾਹੀਦਾ, ਕਿ ਉਹ ਸਿੱਖ ਕਿ ਬਣੇ ਜਾਂ ਨਾ ਬਣੇ, ਜਾਂ ਉਹ ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜਾਂ ਉਹ ਸਿੱਖ ਜਦੋਂ ਸਿੱਖੀ ਸਰੂਪ ਵਿੱਚ ਆ ਗਿਆ ਉਹ ਕੀ ਕਰਦਾ ਹੈ, ਕਿੱਦਾਂ ਦੇ ਬਾਣੇ ਵਿੱਚ ਹੈ। ਜੇ ਉਹ ਬਾਣੇ ਵਿੱਚ ਆ ਕੇ ਗਲਤ ਚੀਜ਼ਾਂ ਕਰਦਾ, ਫਿਰ ਵੀ ਮੈਂ ਕਹੂੰਗਾ ਕਿ ਉਹਨੂੰ ਉਹਦੇ ਹਾਲਾਤ 'ਤੇ ਛੱਡ ਦਿਓ ਕਿ ਉਹ ਭਾਈ ਇਹ ਜੇ ਤੂੰ ਗਲਤ ਚੀਜ਼ਾਂ ਕਰ ਰਿਹਾ ਇਹ ਤੈਨੂੰ ਭੁਗਤਣੀਆਂ ਪੈਣਗੀਆਂ। ਜਿਹੜਾ ਬੰਦਾ ਪਾਣੀ ਵਿੱਚ ਆ ਕੇ ਵੀ ਝੂਠ ਬੋਲਦਾ ਜਾਂ ਕਿਸੇ ਦਾ ਨੁਕਸਾਨ ਕਰਦਾ ਹੈ, ਮੈਂ ਕਹੂੰਗਾ ਕਿ ਉਹ ਹਾਲੇ ਬਾਣੀ ਵਿੱਚ ਆ ਗਿਆ ਲੇਕਿਨ ਬਾਣੀ ਨਾਲ ਨਹੀਂ ਜੁੜਿਆ। ਬਾਣੀ ਨਾਲ ਉਹ ਕਦੋਂ ਜੁੜੂਗਾ, ਜਦੋਂ ਉਹ ਸੱਚਾਈ ਦੇ ਰਸਤੇ 'ਤੇ ਚੱਲ ਕੇ ਆਪਣੇ ਆਲੇ ਦੁਆਲੇ ਦੇ ਨਾਲ ਦੇ ਭੈਣਾਂ ਭਰਾਵਾਂ ਨੂੰ ਔਰ ਜਾਂ ਯਾਰਾਂ ਮਿੱਤਰਾਂ ਨੂੰ ਇਹ ਦੱਸਣ ਲੱਗੇਗਾ ਕਿ ਬਾਣੀ ਪੜ੍ਹਨ ਦੇ ਨਾਲ ਮੈਨੂੰ ਸ਼ਾਂਤੀ ਮਿਲੀ। ਜੇ ਸ਼ਾਂਤੀ ਮਿਲੀ ਤਾਂ ਫਿਰ ਉਹਦੇ ਦੋ ਨਿਸ਼ਾਨੀਆਂ ਨੇ ਕਿ ਜਿਹਨੂੰ ਬਾਣੀ ਪੜ੍ਹ ਕੇ ਸ਼ਾਂਤੀ ਮਿਲ ਗਈ, ਉਹ ਦੁਨੀਆ ਦੀ ਦੁਨਿਆਵੀ ਗੱਲਾਂ ਤੋਂ ਪਰੇ ਹੋ ਜਾਂਦਾ, ਉਹਨੂੰ ਦੁਨੀਆ ਨਾਲ ਕੋਈ ਮਤਲਬ ਨਹੀਂ ਹੁੰਦਾ। ਸਿਰਫ ਅਤੇ ਸਿਰਫ ਉਹ ਦੋ ਲਵ 'ਚ ਹੀ ਕਹੂਗਾ ਭਾਈ ਤੁਸੀਂ ਸੁਬਹਾ ਸ਼ਾਮ ਬਾਣੀ ਪੜ੍ਹੋ ਜਦੋਂ ਤੁਹਾਡਾ ਟਾਈਮ ਲੱਗਦਾ। ਲੇਕਿਨ ਜਿਹੜੇ ਅਖੌਤੀ ਬਾਬੇ ਕਹਿੰਦੇ ਨੇ ਜਾਂ ਅਖੌਤੀ ਸਿੰਘ ਨੇ ਜਾਂ ਜਿਨ੍ਹਾਂ ਨੂੰ ਮੈਂ ਕਹੂੰਗਾ ਕਿ ਮਨਮਤੀ ਲਾ ਲਓ, ਉਹ ਆਪਣਾ ਜਿਹੜਾ ਉਹਨਾਂ ਦਾ ਆਪਦੇ ਮਨ ਦਾ ਵਿਚਾਰ ਹੈ ਜੋ ਉਹ ਦੂਸਰੇ 'ਤੇ ਥੋਪਣਾ ਚਾਹੁੰਦੇ ਨੇ, ਕਿ ਉਹਨਾਂ ਦਾ ਜੇ ਵਿਚਾਰ ਇਹ ਹੈ ਕਿ ਅੰਮ੍ਰਿਤ ਛੱਕ ਕੇ ਚਿਕਨ ਖਾਣਾ ਚਾਹੀਦਾ, ਉਹ ਕਹਿੰਦੇ ਜੀ ਖਾਣਾ ਵਧੀਆ ਹੈ। ਉਹ ਬਾਣੀ ਦੇ ਵਿੱਚੋਂ ਐਸੀਆਂ ਤੁਕਾਂ ਲੱਭਦੇ ਨੇ ਕਿ ਜਿਹੜੇ ਜਸਟੀਫਾਈ ਕਰਨਾ ਚਾਹੁੰਦੇ ਨੇ ਆਪਣੇ ਆਪ ਨੂੰ ਕਿ ਖਾਣਾ ਚਾਹੀਦਾ। ਜਿਹੜੇ ਨਹੀਂ ਖਾਂਦੇ ਉਹ ਕਹਿੰਦੇ ਆ ਜੀ ਬਾਣੀ ਦੇ ਵਿੱਚ ਆਹ ਤੁਕਾਂ ਲਿਖੀਆਂ ਜਿੱਥੇ ਨਹੀਂ ਖਾਣਾ ਚਾਹੀਦਾ। ਮੇਰੇ ਹਿਸਾਬ ਦੇ ਨਾਲ ਕਿ ਇਹ ਆ ਕਿ ਜੇ ਕੋਈ ਖਾਂਦਾ ਹੈ ਜਾਂ ਨਹੀਂ ਖਾਂਦਾ, ਜਾਂ ਕੋਈ ਖਾਣਾ ਚਾਹੁੰਦਾ ਜਾਂ ਕੋਈ ਨਹੀਂ ਖਾਣਾ ਚਾਹੁੰਦਾ, ਉਹਨਾਂ ਨੂੰ ਉਹਨਾਂ ਦੇ ਹਾਲਾਤ 'ਤੇ ਛੱਡ ਦੇਣਾ ਚਾਹੀਦਾ ਹੈ। ਕਿ ਮੈਂ ਇਹ ਮੰਨਦਾ ਕਿ ਜੇ ਕੋਈ
ਨਾਨ ਵੈਜ ਖਾਂਦਾ ਹੈ ਕਿ ਉਸ ਨਾਨ ਵੈਜ ਨੂੰ ਜੋ ਬਿਮਾਰੀ ਸੀ ਉਹ ਉਹਨੂੰ ਹੀ ਹੋਊਗੀ ਜਿਹਨੇ ਖਾਧਾ ਹੈ, ਜਿਹਨੇ ਨਹੀਂ ਖਾਧਾ ਉਹਨੂੰ ਨਹੀਂ ਹੋ ਸਕਦੀ। ਇਹ ਪਰਮਾਤਮਾ ਨੇ ਵੀ 550 ਸਾਲ ਪਹਿਲੋਂ ਤੋਂ ਜ਼ਿਆਦਾ ਪਹਿਲੋਂ ਗੁਰੂ ਨਾਨਕ ਦੇਵ ਜੀ ਜੋ ਕਹਿ ਕੇ ਗਏ, ਅਸੀਂ ਉਸ ਪਾਸੇ ਨਹੀਂ ਜਾਣਾ ਕਿਉਂਕਿ ਉਹ ਪਾਸਾ ਸਾਨੂੰ ਲੱਗਦਾ ਸਹੀ ਨਹੀਂ ਸੀ। ਜਿਨ੍ਹਾਂ ਚੀਜ਼ਾਂ 'ਚੋਂ ਸਾਨੂੰ ਗੁਰੂ ਸਾਹਿਬ ਕੱਢ ਕੇ ਗਏ ਸੀ, ਮਤਭੇਦ ਜਾਂ ਆਪਾਂ ਮੂਰਤੀ ਪੂਜਾ ਲਾ ਲਓ ਜਾਂ ਜਿਹੜਾ ਕੀ ਕਹਿ ਦਿੰਦੇ ਆਪਾਂ ਨੂੰ ਕਿ ਕੌਥਕਾਂ ਕਰਨੀਆਂ, ਉਹਨਾਂ ਤੋਂ ਆਪਾਂ ਉਹਨਾਂ ਦੇ ਪਿੱਛੇ ਜ਼ਿਆਦਾ ਜਾਂਦੇ ਹਾਂ। ਹੁਣ ਵੀ ਇਸ ਵੇਲੇ ਜੇ ਜਾਓ ਤਾਂ ਸਭ ਤੋਂ ਵੱਧ ਬਾਬੇ ਜਿਹੜੇ ਉਹ ਪੰਜਾਬ ਦੇ ਵਿੱਚ ਨੇ, ਕਿਉਂਕਿ ਉੱਥੇ ਠੱਗ ਠਗਾ ਚੱਲਦਾ ਹੈ। ਲੋਕਾਂ ਨੂੰ ਦੱਸਿਆ ਜਾਂਦਾ ਕਿ ਤੇਰਾ ਮੁੰਡਾ ਬਾਹਰ ਨਹੀਂ ਜਾ ਰਿਹਾ, ਤੂੰ ਕਾਲੇ ਕੁੱਤੇ ਨੂੰ ਰੋਟੀ ਖਾਣੀ ਤਾਂ ਉਹਨੂੰ ਵੀਜ਼ਾ ਮਿਲ ਜੂਗਾ, ਜਾਂ ਤੁਹਾਡੇ ਮੁੰਡੇ ਨੂੰ ਗ੍ਰੀਨ ਕਾਰਡ ਨਹੀਂ ਮਿਲ ਰਿਹਾ, ਫਲਾਣੇ ਬਾਬੇ ਕੋਲ ਚਲੇ ਜਾਓ। ਸਿਰਫ ਉੱਥੇ ਕੀ ਆ ਕਿ ਜਿਹੜੇ ਬਾਬੇ ਨੇ ਉਹਨਾਂ ਨੂੰ ਪਤਾ ਲੱਗ ਗਿਆ, ਉਹ ਤੁਹਾਨੂੰ ਉਹੀ ਜਿਹੀ ਹੀ ਗੱਲ ਦੱਸਦੇ ਨੇ ਜਿਸ ਤਰ੍ਹਾਂ ਦਾ ਕਿ ਤੁਸੀਂ ਉਹਨਾਂ 'ਤੇ ਯਕੀਨ ਕਰੋ। ਬਾਬਾ ਆਪ ਤਾਂ ਖੁਦ ਬੀਜਾ ਲੈ ਨਹੀਂ ਸਕਦਾ ਜਾਂ ਖੁਦ ਬੀਜੇ 'ਤੇ ਆਇਆ, ਅਤੇ ਤੁਹਾਨੂੰ ਉਹ ਗ੍ਰੀਨ ਕਾਰਡ ਕਿੱਦਾਂ ਦਵਾ ਦੂ ਇੱਥੇ ਦਾ, ਜਾਂ ਪਰਮਾਨੈਂਟ ਰੈਜੀਡੈਂਟ ਜਾਂ ਤੁਹਾਡੇ ਪੋਲੀਟੀਕਲ ਦੇ ਅਸਾਈਲਮ ਦੇ ਲਾਏ ਹੋਏ ਨੇ। ਅਤੇ ਤੁਸੀਂ ਆਪ ਵੀ ਥੋੜ੍ਹਾ ਇਸ ਅਕਲ ਨੂੰ ਹੱਥ ਮਾਰਿਆ ਕਰੋ ਕਿ ਜਿਹੜਾ ਬਾਬਾ ਆਪ ਹਾਲੇ ਕੱਚਾ ਆ ਜਾਂ ਉਹ ਵੀਜ਼ੇ 'ਤੇ ਆਇਆ ਹੋਇਆ, ਉਹ ਤੁਹਾਡੇ ਲਈ ਕੀ ਕਰ ਸਕਦਾ? ਲੇਕਿਨ ਨਹੀਂ, ਤੁਸੀਂ ਜਦੋਂ ਉੱਥੇ ਜਾ ਕੇ ਪੁੱਛੋਗੇ ਕਿ ਜੀ ਸਾਡਾ ਜਿਹੜਾ ਮੁੰਡਾ ਹੈ ਉਹਦਾ ਜਿਹੜਾ ਅਸਾਈਲਮ ਕੇਸ ਨਹੀਂ ਪਾਸ ਹੋ ਰਿਹਾ, 70% ਬਾਬਾ ਉੱਥੋਂ ਹੀ ਅੰਦਾਜ਼ਾ ਲਾ ਲੈਂਦਾ ਕਿ ਮੈਂ ਇਹਨਾਂ ਨੂੰ ਕੀ ਕਹਿਣਾ। ਉਹ ਤੁਹਾਨੂੰ ਐਸੀ ਜਿਹੀ ਗੋਲੀ ਦਿੰਦਾ, ਐਸਾ ਜਿਹੀ ਚੀਜ਼ ਦੱਸਦਾ ਕਿ ਤੁਸੀਂ ਆਟੋਮੈਟਿਕਲੀ ਸੋਚਣ ਲੱਗ ਜਾਂਦੇ ਕਿ ਬਾਬਾ ਜੋ ਕਹਿ ਰਿਹਾ ਉਹ ਸਹੀ ਹੈ, ਕਿਉਂਕਿ ਤੁਸੀਂ ਉਸ ਵੇਲੇ ਤੁਹਾਡਾ ਮਨ ਦੁਖੀ ਹੁੰਦਾ ਹੈ ਜਾਂ ਉਸ ਵੇਲੇ ਫਫੜਾ ਦਫੜੀ ਦੇ ਵਿੱਚ ਤੁਹਾਨੂੰ ਨਹੀਂ ਇਹ ਯਾਦ ਰਹਿ ਜਾਂਦਾ ਕਿ ਆਪਾਂ ਇਹ ਕਰਨਾ ਹੈ ਜਾਂ ਨਹੀਂ। ਫਿਰ ਆਪਾਂ ਉਹ ਬਾਬੇ ਪਿੱਛੇ ਲੱਗ ਕੇ ਇੱਥੇ ਆ ਜਾਂਦੇ ਕਿ ਨਹੀਂ ਜੀ ਸਾਨੂੰ ਇਹ ਕਰਨਾ ਚਾਹੀਦਾ, ਅਤੇ ਹੁੰਦਾ ਫਿਰ ਵੀ ਕੁਛ ਨਹੀਂ। ਫਿਰ ਵੀ ਜੇ 100 ਚੋਂ 2-4 ਐਸੇ ਹੋ ਜਾਂਦੇ ਨੇ ਜਿਹੜੇ ਬਾਬੇ ਦੱਸੇ ਜਿੱਦਾਂ ਹੋਇਆ ਹੁੰਦਾ ਹੋ ਜਾਂਦੇ, ਅਤੇ ਉਹਦੇ ਵਿੱਚ ਮਾਨਤਾ ਹੋਰ ਵੱਧ ਜਾਂਦੀ ਹੈ। ਇਹ ਗੱਲ ਪੰਜਾਬੀਆਂ ਦੀ ਹੈ ਖਾਸ ਕਰਕੇ, ਕਿਉਂਕਿ ਸਾਡਾ ਕੰਮ ਉਹ ਭੇਡਾਂ ਵਾਲਾ ਹੈ ਕਿ ਜੇ ਇੱਕ ਭੇਡ ਜਾਂਦੀ ਆ ਉਹ ਦੇਖਣਾ ਨਹੀਂ ਕਿੱਥੇ ਗਈਆਂ, ਉਹਦੇ ਪਿੱਛੇ ਤੁਰੇ ਜਾਣਾ, ਕਿ ਇਹ ਨਹੀਂ ਦੇਖਣਾ ਕਿ ਮੋਹਰੋਂ ਜਿਹੜੀਆਂ ਮੋਹਰੇ ਜਿਹੜੀ ਏਡੀ ਵੱਡੀ ਖੱਡ ਹੈ ਉੱਥੇ ਡਿੱਗ ਡਿੱਗ ਕੇ ਮਰ ਰਹੀਆਂ ਨੇ, ਲੇਕਿਨ ਅਸੀਂ ਉਹਦੇ ਪਿੱਛੇ ਤੁਰੇ ਜਾਣਾ। ਇਸੇ ਤਰ੍ਹਾਂ ਹੀ ਮੈਨੂੰ ਇੱਕ ਸੋਸ਼ਲ ਮੀਡੀਆ 'ਤੇ ਕਿਸੇ ਵੀਰ ਨੇ ਗੱਲ ਸੁਣਾਈ, ਮੈਨੂੰ ਉਹ ਗੱਲ ਬੜੀ ਵਧੀਆ ਲੱਗੀ ਕਿ ਇੱਕ ਸ਼ੇਰ ਦਾ ਅਤੇ ਇੱਕ ਗਧੇ ਦਾ ਰੌਲਾ ਪੈ ਗਿਆ। ਉਹ ਕਹਿੰਦਾ ਜੀ ਜਿਹੜਾ ਸ਼ੇਰ ਹੈ ਉਹ ਕਹਿੰਦਾ ਜਿਹੜਾ ਅਸਮਾਨ ਆ ਉਹ ਨੀਲਾ ਆ, ਗਧਾ ਕਹਿੰਦਾ ਨਹੀਂ ਜੀ ਕਾਲਾ ਆ। ਅਤੇ ਉਹ ਕਹਿੰਦਾ ਚਲੋ, ਜਦੋਂ ਫੈਸਲਾ ਹੋਇਆ ਤਾਂ ਉੱਪਰ ਜਾ ਕੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਉਹ ਕਹਿੰਦੇ ਜੱਜ ਨੇ ਉਹਨੂੰ ਫੈਸਲਾ ਦਿੱਤਾ ਕਿ ਸ਼ੇਰ ਨੂੰ ਕਿਹਾ ਕਿ ਸਰਾਸਰ ਗਲਤੀ ਤੇਰੀ ਹੀ ਹੈ। ਉਹਨੇ ਕਿਹਾ ਕਿ ਮਹਾਰਾਜ ਮੈਂ ਤਾਂ ਬਿਲਕੁਲ ਸਹੀ ਕਹਿੰਦਾ ਹਾਂ ਜੱਜ ਸਾਹਿਬ, ਮੇਰਾ ਤਾਂ ਕੋਈ ਕਸੂਰ ਨਹੀਂ ਇੱਥੇ, ਮੈਂ ਜੋ ਬਾਹਰ ਦੇਖ ਰਿਹਾ ਉਹੀ ਤੁਹਾਨੂੰ ਦੱਸ ਰਿਹਾ। ਉਹ ਕਹਿੰਦੇ ਸਾਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਜਿਹੜਾ ਅਸਮਾਨ ਉਹ ਸਕਾਈ ਆ ਬਲੂ ਹੁੰਦੀ, ਅਸਮਾਨ ਨੀਲਾ ਹੀ ਹੁੰਦਾ। ਕਹਿੰਦੇ ਜੀ ਫਿਰ ਤੁਸੀਂ ਸਜ਼ਾ ਮੈਨੂੰ ਦੇ ਰਹੇ ਹੋ। ਕਹਿੰਦੇ ਨਹੀਂ, ਸਜ਼ਾ ਤੈਨੂੰ ਇਸ ਗੱਲ ਦੀ ਦੇ ਰਿਹਾ ਕਿ ਤੂੰ ਇੱਕ ਗਧੇ ਦੇ ਨਾਲ ਇੱਕ ਮੂਰਖ ਦੇ ਨਾਲ ਬੈਂਸਿਆ ਅਤੇ ਆਪਣਾ ਵੀ ਟਾਈਮ ਖਰਾਬ ਕੀਤਾ ਅਤੇ ਕੋਰਟ ਦਾ ਵੀ ਟਾਈਮ ਖਰਾਬ ਕੀਤਾ। ਇਹ ਗੱਲ ਹੈ ਕਿ ਤੁਸੀਂ ਇਹ ਤੋਂ ਮੋਰਲ ਬਹੁਤ ਮਿਲਦੇ ਨੇ ਜੇ ਕੱਢਣੇ ਹੋਣ, ਗਲਤ ਵੀ ਮੋਰਲ ਨਿਕਲਦੇ ਨੇ ਇਹਦੇ, ਸਹੀ ਵੀ ਨਿਕਲਦੇ ਨੇ। ਇੱਥੇ ਨਾ ਤਾਂ ਕਿਸੇ ਨੂੰ ਗਧਾ ਕਿਹਾ ਜਾ ਰਿਹਾ, ਨਾ ਕਿਸੇ ਨੂੰ ਸ਼ੇਰ ਕਿਹਾ ਜਾ ਰਿਹਾ। ਗੱਲ ਕੀਤੀ ਜਾ ਰਹੀ ਆ ਸੋਚ ਦੀ, ਸਮਝ ਦੀ, ਸੱਚਾਈ ਦੀ। ਸੱਚਾਈ ਕਿੱਥੇ ਖੜੀ ਹੈ, ਸਾਡੀ ਸਮਝ ਕਿੱਥੇ ਖੜੀ ਹੈ, ਉਹ ਆਪਾਂ ਤੁਲਨਾ ਕਰ ਰਹੇ ਹਾਂ ਕਿ ਤੁਸੀਂ ਜਦੋਂ ਵੀ ਕੋਈ ਗੱਲ ਆਉਂਦੀ ਹੈ। ਹੁਣ 22-22 ਦੀਆਂ ਵੋਟਾਂ ਦੀ ਗੱਲ ਚੱਲ ਰਹੀ ਹੈ, ਜਿੱਥੇ ਇੱਕ ਮੰਤਰੀ ਜਿਹੜਾ ਇੰਨੇ ਚਿਰ ਤੋਂ ਰੌਲਾ ਪਾ ਰਿਹਾ ਸੀ, ਜਿਹਦੇ ਕਾਫੀ ਬਿਆਨ ਇਸ ਪਾਸੇ ਆ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਾਂਗਰਸੀ ਨੇ, ਆਈ ਗੈਸ, ਕਿਉਂਕਿ ਮੈਨੂੰ ਬਾੜੀ ਨੌਲੇਜ ਨਹੀਂ ਜਿਹੜੀ ਇੰਡੀਆ ਦੀ ਪੋਲੀਟਿਕਸ ਬਾਰੇ, ਲੇਕਿਨ ਜੋ ਸੋਸ਼ਲ ਮੀਡੀਆ 'ਤੇ ਪੜ੍ਹਦੇ ਹਾਂ ਉਹ ਉਸ ਨੂੰ ਮਾੜਾ ਕਹਿ ਰਿਹਾ ਸੀ, ਅਤੇ ਹੁਣ ਥੋੜ੍ਹੇ ਦਿਨ ਹੀ ਪਲਟੀ ਮਾਰ ਕੇ ਉਹੀ ਬੰਦਾ ਆਪਣੀ ਜ਼ਬਾਨੋਂ ਉਸ ਨੂੰ ਦੂਸਰੇ ਪਾਸੇ ਨੂੰ ਕਹਿ ਰਿਹਾ। ਇਹ ਲੋਕ ਭੁੱਲ ਜਾਂਦੇ ਨੇ ਕਿ ਹੁਣ ਦੇ ਆਹ ਯੁੱਗ ਦੇ ਵਿੱਚ ਹਰ ਇੱਕ ਚੀਜ਼ ਰਿਕਾਰਡਡ ਆ ਔਰ ਰਿਕਾਰਡ ਕਰਕੇ ਰੱਖੀ ਹੋਈ ਆ। ਜੋ ਤੁਸੀਂ ਗੱਲ ਕਹਿ ਰਹੇ ਉਹਦਾ ਜੁਰਮਾਨਾ ਵੀ ਤੁਹਾਨੂੰ ਉਹਦਾ ਜਵਾਬ ਦੇਣਾ ਪਊਗਾ। ਹੁਣ ਜਨਤਾ ਭੋਲੀ ਪਾਲੀ ਨਹੀਂ ਹੈਗੀ। ਲੇਕਿਨ ਆਪਾਂ ਵਾਪਸ ਆਪਣੀ ਕਮਿਊਨਿਟੀ ਵੱਲ ਮੁੜਦੇ ਹਾਂ। ਇਹ ਇੰਡੀਆ ਦੀਆਂ ਗੱਲਾਂ ਬਾਤਾਂ ਨੇ, ਆਪਾਂ ਉੱਥੋਂ ਹੀ ਆਏ ਹਾਂ, ਲੇਕਿਨ ਕੁਛ ਜਿਹੜੇ ਮੇਰੇ ਅੱਗੇ ਸੱਜਣ ਜ਼ਿਆਦਾ ਸਮਾਂ ਹੋ ਗਿਆ ਨੂੰ, ਉਹ ਇਸ ਗੱਲ ਨੂੰ ਭੁੱਲ ਚੁੱਕੇ ਨੇ ਕਿ ਆਪਾਂ ਵਾਪਸ ਜਾਣਾ, ਕਿਉਂਕਿ ਇੱਥੋਂ ਆ ਕੇ ਵਾਪਸ ਤਾਂ ਕਿਸੇ ਨਹੀਂ ਜਾਣਾ, ਇਹ ਤਾਂ ਕਾਫੀ ਅਰਸੇ ਤੋਂ ਦੇਖ ਲਿਆ। ਬਾਕੀ ਗੱਲ ਆਪਾਂ ਇੱਥੇ ਦੀ ਕਮਿਊਨਿਟੀ ਦੀ ਕਰਦੇ ਹਾਂ, ਬੈਕ ਟੂ ਹੋਮ, ਕਿਉਂਕਿ ਆਪਾਂ ਇੱਥੇ ਰਹਿ ਰਹੇ, ਇੱਥੇ ਦੀ ਗੱਲ ਕਰਾਂਗੇ, ਸਪੈਸ਼ਲੀ ਇੰਡੀਆਨਾ ਦੀ। ਜੇ ਕੋਈ ਮੇਰਾ ਵੀਰ ਮੂਵ ਹੋਣਾ ਚਾਹੁੰਦਾ ਜਾਂ ਹੋ ਚੁੱਕਿਆ, ਉਹਨੂੰ ਕਿਸੇ ਤਰ੍ਹਾਂ ਦੀ ਹੈਲਪ ਆ, ਤੁਸੀਂ ਜ਼ਰੂਰ ਮੇਰੇ ਪਰਸਨਲ ਨੰਬਰ 'ਤੇ, ਜਾਂ ਈਮੇਲ ਵੀ ਬੋਲੀ ਹੋਈ ਆ, ਪਰਸਨਲ ਨੰਬਰ 317-5385-85। ਦੂਸਰੀ ਗੱਲ, ਤੁਹਾਡੇ ਕੋਲ ਕੋਈ ਟੈਲੈਂਟ ਹੈ ਤਾਂ ਜਸ ਟੀ ਵੀ
ਟੈਲੈਂਟ ਨੂੰ ਲੱਭਦਾ ਰਹਿੰਦਾ ਹਰ ਵੇਲੇ, ਸਲਾਮ ਕਰਦੇ ਹਾਂ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਵੀ ਟੈਲੈਂਟ ਹੈ, ਉਹ ਬੋਲਣ ਦਾ ਹੋਵੇ, ਕਮੇਡੀ ਦਾ ਹੋਵੇ, ਸੇਲਸ ਦਾ ਹੋਵੇ, ਅਸੀਂ ਹਰ ਤਰ੍ਹਾਂ ਹਰ ਵਾਰ ਇਸ ਕਮਿਊਨਿਟੀ ਤੋਂ ਕਮਿਊਨਿਟੀ ਨਾਲ ਜੋੜਨਾ ਚਾਹੁੰਦੇ ਹਾਂ ਕਿ ਜੋ ਵੀ ਇਹ ਕੰਮ ਕਰਨਾ ਚਾਹੁੰਦਾ ਜ਼ਰੂਰ ਸਾਨੂੰ ਸੰਪਰਕ ਕਰੋ, ਮੇਰੇ ਪਰਸਨਲ ਨੰਬਰ 'ਤੇ ਵੀ ਕਰ ਸਕਦੇ ਹੋ। ਅਤੇ ਜਿਹੜੀ ਈਮੇਲ ਤਾਂ ਆਪਾਂ ਹਰ ਵਾਰੀ ਬੋਲਦੇ ਹਾਂ, brad@justbroadcasting.com info@justbroadcasting.com। ਬਾਕੀ ਸਿਲਸਿਲਾ ਹੈ ਜਿਹੜਾ ਗੱਲਾਂ ਦਾ ਉਹ ਇਸੇ ਤਰ੍ਹਾਂ ਚੱਲਦਾ ਰਹਿਣਾ, ਜਿਹੜਾ ਸਮਾਂ ਹੈ ਉਹ ਵੀ ਲੰਘਦਾ ਰਹਿਣਾ, ਸਮਾਂ ਨਹੀਂ ਰੁਕਦਾ, ਕਿੰਨੀ ਦੁਨੀਆ ਚਲੇਗੀ, ਕਿੰਨਿਆਂ ਨੇ ਆਉਣਾ ਔਰ ਕਿੰਨਿਆਂ ਨੇ ਜਾਣਾ, ਲੇਕਿਨ ਐਂਡ 'ਤੇ ਕਹਿਣਾ ਇਹੀ ਬਣਦਾ ਕਿ ਆਪਾਂ ਜਿਹੜਾ ਸਮਾਂ ਹੈ ਇਹਨੂੰ ਵਿਚਾਰਿਆ ਕਰੀਏ, ਜੋ ਵੀ ਚਾਹੇ ਉਹ ਇਲੈਕਸ਼ਨ ਦਾ ਸਮਾਂ ਹੋਵੇ, ਚਾਹੇ ਉਹ ਸਮਾਂ ਹੋਵੇ ਸਾਡੇ ਫਿਊਚਰ ਦਾ ਜਾਂ ਸਾਡੇ ਬੱਚਿਆਂ ਦੇ ਫਿਊਚਰ ਦਾ, ਉਹਨੂੰ ਅਸੀਂ ਜੇ ਵਿਚਾਰਾਂਗੇ, ਸੋਚਾਂਗੇ ਜਾਂ ਉਹਦੇ ਲਈ ਟਾਈਮ ਕੱਢਾਂਗੇ, ਉਹ ਜਿਹੜੀ ਟਾਈਮ ਦੀ ਇਨਵੈਸਟਮੈਂਟ ਹੈ ਉਹ ਤੁਹਾਡੀ ਆਪਦੀ ਇਨਵੈਸਟਮੈਂਟ ਹੈ। ਟਾਈਮ ਦੀ ਇਨਵੈਸਟਮੈਂਟ ਤੁਸੀਂ ਕਦੋਂ, ਕਿੱਥੇ, ਕਿੱਦਾਂ ਕਰਨੀ ਹੈ ਉਹ ਤੁਹਾਡਾ ਆਪਦਾ ਡਿਸੀਜਨ ਹੈ। ਜਿਹੜਾ ਉਹ ਡਿਸੀਜਨ ਵਧੀਆ ਡਿਸੀਜਨ ਲਿਆ ਹੋਇਆ ਕਿ ਟਾਈਮ ਦੀ ਜਿਹੜੀ ਇਨਵੈਸਟਮੈਂਟ ਸਹੀ ਤਰੀਕੇ ਨਾਲ ਕੀਤੀ ਹੋਈ, ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਜ਼ਰੂਰ ਵਧੀਆ ਰੰਗੀਨ ਬਣਾਵੇਗੀ। ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਉਣਾ ਹੈ ਕਿ ਟਾਈਮ ਦੀ ਇਨਵੈਸਟਮੈਂਟ, ਟਾਈਮ ਦੀ ਇਨਵੈਸਟਮੈਂਟ ਕੀ ਹੁੰਦੀ ਹੈ ਕਿ ਜੇ ਕਿਸੇ ਨੂੰ ਨਹੀਂ ਇਸ ਗੱਲ ਦਾ ਪਤਾ, ਮੈਂ ਦੱਸ ਦਿੰਦਾ ਕਿ ਟਾਈਮ ਜਿਹੜਾ ਹੁੰਦਾ ਹੈ ਜਦੋਂ ਕਿਸੇ ਦਾ ਜਵਾਨੀ ਦਾ ਟਾਈਮ ਹੈ, ਉਹ ਟਾਈਮ ਹੁੰਦਾ ਹੈ ਕੋਈ 16 ਸਾਲ ਤੋਂ ਲੈ ਕੇ 25 ਸਾਲ ਤੱਕ, ਜਿਹੜੀ ਤੁਸੀਂ ਐਜੂਕੇਸ਼ਨ ਲਈ ਆਪਣਾ ਫੁੱਲ ਟਾਈਮ ਸਪੈਂਡ ਕਰਨਾ, ਸਪੈਂਡ ਕੀਤਾ ਹੋਇਆ ਉਹ ਟਾਈਮ ਜਿਹੜਾ ਹੈ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਸਹੀ ਕਰੇਗਾ, ਕਿਉਂਕਿ ਤੁਹਾਨੂੰ ਸਮਝ ਵੀ ਆ ਜਾਏਗੀ। ਜੇ ਪੜ੍ਹ ਗਏ ਤਾਂ ਤੁਹਾਨੂੰ ਫਿਰ ਐਜੂਕੇਸ਼ਨ ਦੇ ਨਾਲ ਬੰਦੇ ਦੀ ਜਿਹੜੀ ਬੁੱਧੀ ਹੈ ਤੀਸਰੀ ਅੱਖ ਖੁੱਲ੍ਹ ਜਾਂਦੀ ਹੈ, ਜਿਹੜੀ ਪੜ੍ਹਾਈ ਹੈ ਉਹ ਤੀਸਰੀ ਅੱਖ ਹੈ ਉਹ ਖੁੱਲ੍ਹ ਜਾਂਦੀ, ਤੁਹਾਡੀ ਇੱਕ ਅੱਖ ਵਾਧੂ ਹੋ ਗਈ ਤਾਂ ਤੁਹਾਨੂੰ ਬਾਕੀ ਆਮ ਪਬਲਿਕ ਨਾਲੋਂ ਨੌਲੇਜ ਜਿਹੜੀ ਵੱਧ ਜਾਂਦੀ ਹੈ। ਇਸੇ ਨਾਲ ਹੀ ਆਪਾਂ ਦੂਸਰੀ ਗੱਲ ਕਰਾਂਗੇ ਜਿਹੜੀ ਕਿ ਜਿਹੜੀ ਤੁਹਾਡਾ ਆਪ ਦਾ ਸਮਾਂ ਹੈ, ਜਿਹੜਾ ਇਨਸਾਨ ਦਾ ਸਮਾਂ ਹੈ ਉਹ ਹੈ ਜੀ 25 ਤੋਂ ਲੈ ਕੇ 50 ਤੱਕ, 20 ਸਾਲ 25 ਸਾਲ ਤੁਹਾਡੇ ਕੋਲ ਹੁੰਦੇ ਨੇ ਕਿ ਵਧੀਆ ਕੰਮ ਕਰਕੇ ਉਹ ਵਧੀਆ ਜੀਵਨ ਜਿਹੜਾ ਹੈ ਤੁਸੀਂ ਉਹਦਾ ਇੱਕ ਕਿਲਾ ਬਣਾ ਸਕਦੇ ਹੋ ਜਾਂ ਇੱਕ ਘਰ ਬਣਾ ਸਕਦੇ ਹੋ ਵਧੀਆ ਜੀਵਨ ਨੂੰ ਲੈ ਕੇ, ਕਿ ਜਿਹੜਾ ਜੀਵਨ ਹੈ ਉਹ ਆਪਾਂ ਪੈਸਾ ਵੀ ਕਮਾ ਲਿਆ, ਫਿਰ ਆਪਾਂ ਉਹਦੇ ਵਿੱਚ ਸੱਚਾਈ ਵੀ ਕਮਾ ਲਈ, ਉਹਦੇ ਵਿੱਚ ਯਾਰੀ ਦੋਸਤੀ ਵੀ ਆਪਣੀ ਆ ਗਈ, ਸਾਰਾ ਕੁਛ ਜੋ ਹੈ ਇਕੱਠਾ ਕਰਕੇ ਉਸਨੂੰ ਜੇ ਆਪਾਂ ਇੱਕ ਪਟਾਰੀ ਵਿੱਚ ਪਾਵਾਂਗੇ ਤਾਂ 25 ਸਾਲ ਦੀ ਕੀਤੀ ਹੋਈ ਜਿਹੜੀ ਕਮਾਈ ਆ ਉਹ ਤੁਹਾਡੇ ਬੁਢਾਪੇ ਦੇ ਵਿੱਚ ਜਾ ਕੇ ਜ਼ਰੂਰ ਤੁਹਾਡੀ ਹੈਲਪ ਕਰੇਗੀ। ਉਹ ਹੈਲਪ ਕਿੱਦਾਂ ਹੁੰਦੀ ਹੈ ਕਿ ਤੁਸੀਂ ਕਿੰਨੇ ਵਧੀਆ ਜਿਹੜੇ ਹੈ ਆਪਣੇ ਯਾਰ ਦੋਸਤ ਬਣਾਏ ਔਰ ਕਿੰਨਾ ਵਧੀਆ ਕੰਮ ਕਰਕੇ ਆਪਣਾ ਥੋੜ੍ਹਾ ਸੇਵਿੰਗ ਕੀਤੀ, ਔਰ ਉਸ ਤੋਂ ਉਪਰੰਤ 25 ਸਾਲ ਦਾ ਜਿਹੜਾ ਤੁਹਾਡਾ ਤਜਰਬਾ ਹੁੰਦਾ ਹੈ ਕੰਮ ਕਰਨ ਦਾ ਜਾਂ ਆਪਣੇ ਵਿਚਰਨ ਦਾ ਸੰਸਾਰ ਦੇ ਵਿੱਚ, ਉਹ ਇਕੱਠਾ ਕਰਕੇ ਤੁਹਾਡੇ ਕੋਲ ਤਜਰਬਾ ਵੀ ਹੋ ਗਿਆ, ਇਹ ਸਾਰੀਆਂ ਚੀਜ਼ਾਂ ਨੂੰ ਜੇ ਇਕੱਠਾ ਕਰ ਲਿਆ ਜਾਵੇ ਤਾਂ ਫਿਰ ਉੱਥੇ ਜਾ ਕੇ ਬਣਦਾ ਹੈ ਕਿ ਆਪਾਂ ਆਹ ਜਿਹੜਾ ਸਾਰਾ ਸਮਾਂ ਆ ਇਹ ਫਿਰ ਇਕੱਠਾ ਹੋ ਕੇ ਇੱਕ ਬਹੁਤ ਹੀ ਵਧੀਆ ਰੰਗੀਨ ਜ਼ਿੰਦਗੀ ਬਣ ਜਾਊਗੀ, ਕਿ ਤੁਹਾਨੂੰ ਬੁਢਾਪਾ ਜਿਹੜਾ ਹੈ ਉਹ 50-55 ਸਾਲ ਤੋਂ ਲੈ ਕੇ 60-65 ਸਾਲ ਤੱਕ ਜਿਹੜੇ 15 ਸਾਲ ਨੇ ਤੁਸੀਂ ਆਰਾਮ ਨਾਲ ਬੈਠ ਕੇ ਆਪਣਾ ਜੋ ਵੀ ਧਰਮ ਨੂੰ ਤੁਸੀਂ ਕਰਨਾ ਚਾਹੁੰਦੇ ਧਰਮ ਬਾਰੇ ਉਹ ਕਰ ਸਕਦੇ ਹੋ, ਜਾਂ ਆਪਣਾ ਜੋ ਤਜਰਬਾ ਹੈ ਉਹ ਆਪਣੇ ਬੱਚਿਆਂ ਨੂੰ ਦੱਸ ਸਕਦੇ ਹੋ, ਜਾਂ ਆਪਣੇ ਬੱਚਿਆਂ ਨੂੰ ਉਸ ਤਜਰਬੇ ਦੇ ਨਾਲ ਸੇਧ ਦੇ ਸਕਦੇ ਹੋ ਕਿ ਆਹ ਦੇਖੋ ਜਾਂ ਆਹ ਨਾ ਕਰੋ ਆਹ ਨਾ ਕਰੋ। ਔਰ ਉਹ ਜਿਹੜਾ 25 ਸਾਲ ਦਾ ਤਜਰਬਾ ਜੇ ਤੁਸੀਂ ਵਧੀਆ ਟਾਈਮ ਇਨਵੈਸਟ ਕੀਤਾ ਹੋਇਆ, ਤੁਸੀਂ ਆਪਣੇ ਸੱਜਣਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਉਸ ਦੀ ਐਗਜ਼ਾਮਪਲ ਦੇ ਸਕਦੇ ਹੋ ਕਿ ਆਹ ਦੇਖੋ ਆਹ ਕਰਨਾ ਚਾਹੀਦਾ ਆਹ ਨਕਲ ਨਹੀਂ ਕਰਨਾ ਚਾਹੀਦਾ। ਇਹਨੂੰ ਕਹਿੰਦੇ ਨੇ ਟਾਈਮ ਇਨਵੈਸਟਮੈਂਟ। ਟਾਈਮ ਇਨਵੈਸਟਮੈਂਟ ਹੀ ਸਭ ਤੋਂ ਵੱਡੀ ਚੀਜ਼ ਹੈ, ਜਿਹੜੀ ਕੰਮ ਟਾਈਮ ਦੇ ਨਾਲ ਕੀਤਾ ਹੋਇਆ, ਜੇ ਇਸ ਤਰ੍ਹਾਂ ਬੱਚਾ ਹੀ ਹੈ ਉਸਦੀ ਜਿਹੜੀ ਜਵਾਨੀ ਵਾਲੀ ਉਮਰ ਹੁੰਦੀ ਹੈ ਕੋਈ 10-12 ਸਾਲ ਤੋਂ ਲੈ ਕੇ 15-16 ਸਾਲ ਤੱਕ, ਉਹਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਆਹ ਬਿੱਲ ਕਿੱਥੋਂ ਦੇਣਾ ਜਾਂ ਪੈਸੇ ਕਿੱਥੋਂ ਆਉਣੇ ਜਾਂ ਰੋਟੀ ਕਿੱਥੋਂ ਆਉਣੀ। ਉਹ ਉਮਰ ਹੁੰਦੀ ਹੈ, ਉਹ ਉਮਰ ਇੱਕੋ ਵਾਰ ਮਿਲਦੀ ਹੈ ਬੰਦੇ ਨੂੰ, ਉਸ ਤੋਂ ਬਾਅਦ ਤੁਹਾਡੀ ਟਾਈਮ ਇਨਵੈਸਟਮੈਂਟ ਸ਼ੁਰੂ ਹੋ ਜਾਂਦੀ। ਫਿਰ ਹੌਲੀ ਹੌਲੀ ਕਰਕੇ ਜ਼ਿੰਦਗੀ ਦੇ ਜਿਹੜੇ ਪੜਾਅ ਨੇ 3-4 ਪੜਾਅ ਨੇ ਤੁਸੀਂ ਉਹ ਪਾਰ ਕਰਕੇ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹੋ। ਅਤੇ ਜਿਹੜਾ ਸਮਾਂ ਹੈ ਦੋਸਤੋ, ਇਸੇ ਤਰ੍ਹਾਂ ਇਹੀ ਗੱਲਾਂ ਬਾਤਾਂ ਦੇ ਵਿੱਚ ਬੜੀ ਛੇਤੀ ਲੰਘ ਜਾਂਦਾ। ਸਮਾਂ ਜਦੋਂ ਤੁਸੀਂ ਗੱਲਾਂ ਕਰਦੇ ਹੋਵੋ ਜਾਂ ਦਿਲ ਦੀ ਗੱਲ ਕਰਦੇ ਹੋ, ਸੱਚਾਈ ਦੀ ਗੱਲ ਕਰਦੇ, ਫਿਰ ਸਮਾਂ ਬਹੁਤ ਜਲਦੀ ਨਿਕਲ ਜਾਂਦਾ। ਅੱਜ ਦਾ ਜਿਹੜਾ ਸਮਾਂ ਸੀ ਉਹ ਆਪਣਾ ਇੱਥੇ ਹੀ ਸਮਾਪਤ ਕਰਾਂਗੇ। ਆਪਾਂ ਜਿਹੜਾ ਸ਼ੋਅ ਹੈ ਅੱਜ ਦਾ ਇਹਨੂੰ ਇੱਥੇ ਫਿਨਿਸ਼ ਕਰਕੇ ਆਪਾਂ ਫਿਰ ਮੰਡੀ ਨੂੰ ਨਵੀਂ ਗੱਲਬਾਤ ਅਤੇ ਪੰਜਾਬੀ ਕਮਿਊਨਿਟੀ ਦੀਆਂ ਗੱਲਾਂ ਲੈ ਕੇ ਜ਼ਰੂਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਅੱਜ ਦਾ ਜਿਹੜਾ ਸਮਾਂ ਹੈ ਉਹ ਹੋ ਗਿਆ। ਦਿਓ ਇਜਾਜ਼ਤ ਜਿੰਮੀ ਬਰਾੜ ਨੂੰ। ਜੇ ਤੁਸੀਂ ਫਿਰ ਵੀ ਜੋੜਨਾ ਚਾਹੁੰਦੇ ਹੋ ਜ਼ਰੂਰ ਮੇਰੇ ਪਰਸਨਲ ਨੰਬਰ 'ਤੇ, ਕੋਈ ਪਰਸਨਲ ਇਸ਼ੂ ਹੈ ਉਹ ਆਫ ਏਅਰ ਹੋ ਕੇ ਕਰ ਸਕਦੇ ਹੋ। ਨੰਬਰ ਮੇਰਾ ਨੰਬਰ ਹੈ 3178-5853-85, ਜਾਂ ਈਮੇਲ ਹੈ brad@justbroadcasting.com info at
justbroadcasting.com ਤੇ ਅੱਜ ਇੱਥੇ ਹੀ ਦਿਓ ਅੱਜ ਮੈਡਮ ਸਤਿ ਸ੍ਰੀ ਅਕਾਲ।